ਤੇ ਦਿਨੀ ਭਾਰਤ-ਪਾਕਿਸਤਾਨ ਸਰਹੱਦ ਤੋਂ ਫੜੀ ਗਈ ਕਰੀਬ 7 ਕਿਲੋ ਹੈਰੋਇਨ ਦੇ ਮਾਮਲੇ 'ਚ ਅਜਨਾਲਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਕੋਲੋਂ 15 ਲੱਖ ਡਰਗਮਨੀ, 4 ਮੋਬਾਈਲ ਫੋਨ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ ਸੀ। ਇਸ ਸਬੰਧ ਵਿੱਚ ਅਜਨਾਲਾ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਅਜਨਾਲਾ ਕੋਰਟ ਵਿੱਚ ਪੇਸ਼ ਕਰ 4 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਜਿਸ ਦੌਰਾਨ ਪੁਲਿਸ ਫੜੇਗੇ ਤਸਕਰ ਵਿਸ਼ਾਲ ਸ਼ਰਮਾ ਕੋਲੋਂ ਇੱਕ ਹੋਰ ਲਗਜ਼ਰੀ ਗੱਡੀ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਜਨਾਲਾ ਦੇ ਮੁਖੀ ਮੋਹਿਤ ਕੁਮਾਰ ਨੇ ਕੀ ਕਿਹਾ ਆਓ ਸੁਣਦੇ ਹਾਂ। ਆਹੋ ਵਿੱਚ ਕੀ ਮਾਮਲਾ ਸਾਰਾ ਜਿਹੜੀ ਗਲੀਆਂ ਦੇ ਇਹ ਸੀ ਆਪਣੇ ਜਿਹੜਾ ਵਾ ਮਕਦਮਾ ਨੰਬਰ 70 ਜਿਹੜਾ ਵਾ ਦਰਜ ਰਜਿਸਟਰ ਕੀਤਾ ਸੀ ਉਹਦੇ ਵਿੱਚ ਵਿਸ਼ਾਲ ਤੇ ਪ੍ਰਭਜੀਤ ਜਿਹੜਾ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਪਾਸੋਂ ਜਿਹੜਾ ਵਾ ਆਪਣੇ ਇੱਕ ਵੈਂਟੋ ਗੱਡੀ ਤੇ 15 ਲੱਖ ਰੁਪਏ ਜਿਹੜਾ ਉਹ ਰਿਕਵਰ ਕੀਤਾ ਗਿਆ ਸੀ ਉਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਉਹਨਾਂ ਦਾ ਰਿਮਾਨ ਜਿਹੜਾ ਮਾਨਯੋਗ ਜੱਜ ਸਾਹਿਬ ਕੋਲ ਲੈ ਕੇ ਚਾਰ ਦਿਨ ਦਾ ਤੇ ਉਹਨਾਂ ਕੋਲ ਪੁਸ਼ਕਿਸ਼ ਕੀਤੀ ਗਈ ਜੋ ਦਰਾਨੇ ਪੁਸ਼ਕਿਸ਼ ਦੋਸ਼ੀ ਵਿਸ਼ਾਲ ਸ਼ਰਮਾ ਨੇ ਆਪਣਾ ਇਨਕਸ਼ਾਫ ਕੀਤਾ ਕਿ ਉਹਨੇ ਇੱਕ ਗੱਡੀ ਵਰਨਾ ਵਾਈਟ ਕਲਰ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ پارک ਕੀਤੀ ਹੋਈ ਹੈ ਤੇ ਉਹਦੇ ਤੇ ਵੀ ਉਹ ਜਿਹੜਾ ਵਾ ਡਰੱਗ ਸਪਲਾਈ ਕਰਦਾ ਸੀ ਇਸ ਕਰਕੇ ਉਹ ਗੱਡੀ ਜਿਹੜੀ ਅਸੀਂ ਰਿਕਵਰ ਕੀਤੀ ਹੈ ਇਹ ਉਹ ਨਵੇਂ ਮਕਦਮੇ ਦੇ ਵਿੱਚ ਅਸੀਂ ਕਬਜ਼ਾ ਪੁਸਤਚੀ ਲੈਂਦਾ ਹੈ ਇਸ ਤਰ੍ਹਾਂ ਹਿਰੋਨ ਦਾ ਕੀ ਮਾਮਲਾ ਜਿਹੜੀ ਪੜੀ ਗਈ ਸੀ ਉਹਦੇ ਵਿੱਚ ਵੀ ਨੰਬਰ ਕੀਤਾ ਗਿਆ ਜੀ ਜੀ ਇਹ ਆਪਣੇ ਜਿਹੜੀ ਐਸਟੀਐਫ ਤੇ ਆਪਣੇ ਬੀਐਸਐਫ ਦੇ ਜੁਆਇੰਟ ਸਰਚ ਆਪਰੇਸ਼ਨ ਦੇ ਵਿੱਚ ਜਿਹੜੀ 6 ਕਿਲੋ 770 ਗ੍ਰਾਮ ਹਿਰੋਨ ਮਿਲੀ ਸੀ ਉਹਦੇ ਵਿੱਚ ਇਹ ਦੋਸ਼ੀ ਜਿਹੜੇ ਨੇ ਉਸ ਜਿਹੜੀ ਹੈਗੀ ਖੇਪ ਨੂੰ ਲੈਣ ਵਾਸਤੇ ਆਏ ਸੀ ਤੇ ਜਿੰਨਾਂ ਜਿਹੜਾ ਉਹ ਤੋਂ ਅਰੈਸਟ ਕੀਤਾ ਗਿਆ ਅੰਮ੍ਰਿਤਸਰ ਤੋਂ ਹੋਰ ਹੀ ਕੋਈ ਇਸਾਂ ਬੋ ਨਿਸਮਾਨ ਨਾ ਆਹ ਦੇਖੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਕੀ ਦੋਸ਼ੀਆਂ ਦੀ ਇੰਟਰੋਗੇਸ਼ਨਸ ਵੀ ਚੱਲ ਰਹੀਆਂ ਨੇ ਜੇ ਕੋਈ ਗਲਤ ਸਾਹਮਣੇ ਆਏਗੀ ਤੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹ ਨਾ ਹੋ ਕੋ ਹੈ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀਰ ਲੀਫ ਮਿਲਿਆ ਹੈ ਤਾਈ 3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਸ ਬੇ ਚੀਜੇ ਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿਤਨਾ ਕੀਤੀ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੀ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਨੇ ਮੇਰਾ ਕੌਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਣ ਨਾਲ ਮੈਂ ਮਾਰਕੀਟ 'ਚੋਂ ਬੜਾ ਹੀ ਕੌਨਫੀਡੈਂਟ ਹਾਂ ਆਰ ਇਤਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰੀਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ